ਪਿੱਛੇ ਮੀਂਹ ਪੈ ਰਿਹਾ ਹੈ ਇਹਦਾ ਜਿਹੜਾ ਕੈਚਮੈਂਟ ਏਰੀਆ ਹੈ ਉਹਦਾ ਜਿਹੜਾ ਸਾਰਾ ਪਾਣੀ ਹੈ ਉਹ ਪਿੱਛੋਂ ਆ ਰਿਹਾ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਇਹ ਟੁੱਟ ਗਈ ਹੈ ਜਾਂ ਕੋਈ ਬ੍ਰੀਚ ਹੋ ਰੱਖੀ ਹੈ ਇਹ ਪਾਣੀ ਜਿਹੜਾ ਓਵਰ ਟੋਪਲ ਹੋਇਆ ਹੈ ਓਵਰਫਲੋ ਹੋ ਗਿਆ ਹੈ ਸੋ ਅਸੀਂ ਆਲਰੇਡੀ ਇੱਥੇ ਕੱਲ੍ਹ ਅਲਰਟ ਜਾਰੀ ਕਰ ਦਿੱਤਾ ਸੀਗਾ ਬੜੀ ਨਦੀ ਦੇ ਉੱਤੇ ਐਂਡ ਆਲਰੇਡੀ ਆਪਣਾ ਦੇਵੀਗੜ੍ਹ ਦੇ ਜਿਹੜਾ ਮੈਰਿਜ ਪੈਲੇਸ ਹੈ ਉੱਥੇ ਆਪਣਾ ਰਿਲੀਫ ਰਿਹੈਬਿਲੀਟੇਸ਼ਨ ਸੈਂਟਰ ਬਣਿਆ ਹੋਇਆ ਹੈ ਐਂਡ ਜਿਹੜੇ ਪਸ਼ੂ ਹੈ ਉਹਨਾਂ ਨੂੰ ਵੀ ਅਸੀਂ ਸ਼ਿਫਟ ਕਰ ਰਹੇ ਹਾਂ ਮੰਡੀ 'ਤੇ ਜਿਹੜੀ ਆਪਣੀ ਸਬਜ਼ੀ ਮੰਡੀ ਹੈ ਉੱਥੇ ਅਸੀਂ ਸ਼ਿਫਟ ਕਰ ਰਹੇ ਹਾਂ ਪਸ਼ੂਆਂ ਨੂੰ ਕਿਉਂਕਿ ਕੁਛ ਲੋਕ ਕੱਲ੍ਹ ਤੱਕ ਨਹੀਂ ਨਿਕਲੇ ਸੀਗੇ ਅੱਜ ਅਸੀਂ ਉਹਨਾਂ ਨੂੰ ਫੋਰਸਫੁਲੀ ਇੱਕ ਵਾਰੀ ਨਿਕਾਲ ਰਹੀ ਹੈ ਬਿਕੋਜ਼ ਵੀ ਡੋਂਟ ਵਾਂਟ ਕਿ ਕੋਈ ਇਹੋ ਜਿਹੀ ਅਨਸੁਕਾ ਵੀ ਦਿੱਕਤ ਆਵੇ ਬਿਕੋਜ਼ ਪਿੱਛੋਂ ਜਿੰਨਾ ਫਲੋ ਆਏਗਾ ਉਹ ਇੱਕ ਵਾਰੀ ਇੱਥੋਂ ਜ਼ਰੂਰ ਨਿਕਲ ਰਿਹਾ ਹੈ ਪਿੱਛੋਂ ਨਦੀ ਟੁੱਟੀ ਪਈ ਹੈ ਉਹਦਾ ਪਾਣੀ ਸਾਰਾ ਅੰਦਰ ਨੂੰ ਆ ਰਿਹਾ ਹੈ ਇਹਦੇ ਬਾਰੇ ਉਹ ਟੁੱਟੀ ਨਹੀਂ ਹੈ ਅਗੇਨ ਮੈਂ ਰਿਕੁਐਸਟ ਕਰਾਂਗੀ ਮੈਂ ਅਗੇਨ ਰੀਆਈਟਰੇਟ ਕਰ ਰਹੀ ਹਾਂ ਜੇਕਰ ਕੋਈ ਬ੍ਰੀਚ ਹੈ ਉਹਨੂੰ ਅਸੀਂ ਪਲੱਗ ਕਰ ਸਕਦੇ ਹਾਂ ਜਿੱਦਾਂ ਆਪਾਂ ਸੈਂਡ ਬੈਗਸ ਵਗੈਰਾ ਲਗਾ ਕੇ ਜਾਂ ਕਿਸੇ ਤਰੀਕੇ ਸੇ ਉਹਨੂੰ ਪਲੱਗ ਕਰ ਸਕਦੇ ਹਾਂ ਐਕਚੁਅਲੀ ਇਹ ਪਾਣੀ ਦਾ ਬਹਾਵ ਜਿਹੜਾ ਪਿੱਛੋਂ ਆ ਰਿਹਾ ਇੰਨਾ ਜ਼ਿਆਦਾ ਹੈ ਕਿ ਇਹ ਓਵਰ ਟੋਪਲ ਕਰ ਗਈ ਹੈ ਮਤਲਬ ਆਪਣੇ ਚੈਨਲ ਤੋਂ ਬਾਹਰ ਆ ਗਈ ਹੈ ਸਪਰੈਡ ਕਰ ਗਈ ਉਹਨੂੰ ਥਾਂ ਨਹੀਂ ਮਿਲੀ ਉਹ ਸਪਰੈਡ ਕਰ ਗਈ ਸੋ ਵੀ ਆਰ ਹਾਊਐਵਰ ਮੈਂ ਇਹ ਵੀ ਦੱਸਣਾ ਚਾਹੁੰਦੀ ਕਿ ਅਸੀਂ ਥੋੜ੍ਹੀ ਰਿਲੀਫ ਤਾਂ ਐਕਸਪੈਕਟ ਕਰ ਰਹੇ ਹਾਂ ਕਿ ਪਿੱਛੇ ਪਾਣੀ ਜਿਹੜਾ ਹੈ ਥੋੜ੍ਹਾ ਸ਼ਾਇਦ ਘੱਟ ਜਾਏਗਾ ਸੋ ਅਕੋਰਡਿੰਗਲੀ ਇੱਥੇ ਵੀ ਰਿਲੀਫ ਮਿਲ ਜਾਏਗਾ ਬਟ ਲੋਕਾਂ ਨੂੰ ਅਸੀਂ ਅਤੇ ਉਹਨਾਂ ਦੇ ਜਿਹੜੇ ਪਸ਼ੂ ਹੈ ਆਲਰੇਡੀ ਅਸੀਂ ਰੈਸਕਿਊ ਆਪਰੇਸ਼ਨਸ ਕਰ ਹੀ ਰਹੇ ਹਾਂ ਅਤੇ ਜਿੱਥੇ ਵੀ ਅਸੀਂ ਪਾਣੀ ਨੂੰ ਥੋੜ੍ਹਾ ਜਿਹਾ ਵੀ ਕੰਟਰੋਲ ਕਰ ਸਕਦੇ ਹਾਂ ਦੇਖੋ ਅਸੀਂ ਇਹ ਚਾਹੁੰਦੇ ਕਿ ਪਾਣੀ ਕਿਤੇ ਓਬਸਟ੍ਰੈਕਟ ਨਾ ਹੋਵੇ ਜੇ ਓਬਸਟ੍ਰੈਕਟ ਹੋ ਜਾਏਗਾ ਉੱਥੇ ਫਲੱਡਿੰਗ ਹੋ ਜਾਏਗੀ ਸੋ ਆਪ ਆਲਰੇਡੀ ਸਾਡੀ ਕੱਲ੍ਹ ਐਂਡ ਪਰਸੋਂ ਵੀ ਸਾਡੀਆਂ ਮਸ਼ੀਨਸ ਇੱਥੇ ਲੱਗੀਆਂ ਹੋਈਆਂ ਸੀਗੀਆਂ ਕਿ ਅਸੀਂ ਬੂਟੀ ਜਿਹੜੀ ਫਸਦੀ ਹੈ ਪਿੱਛੋਂ ਆਉਂਦੀ ਹੈ ਫਸ ਜਾਂਦੀ ਜਿਸ ਕਰਕੇ ਓਬਸਟ੍ਰਕਸ਼ਨ ਹੋ ਜਾਂਦੀ ਹੈ ਉਹ ਜੀ ਕੋਈ ਸਿਚੁਏਸ਼ਨ ਨਹੀਂ ਹੈ ਪਾਣੀ ਨਿਕਲੀ ਜਾਂਦਾ ਹੈ ਸੋ ਇਹ ਸਾਨੂੰ ਇੰਸ਼ੋਰ ਕਰਾਉਣਾ ਹੈ ਅਤੇ ਹੁਣ ਜਿੱਦਾਂ ਸਾਨੂੰ ਪਤਾ ਲੱਗਿਆ ਸਨੀ ਇਨਕਲੇਅਰ 'ਚ ਵੀ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ ਉੱਥੇ ਵੀ ਅਸੀਂ ਟੀਮਸ ਭੇਜੀਆਂ ਹੋਈਆਂ ਐਂਡ ਟੈਕਨੀਕਲੀ ਅਸੀਂ ਉਸ ਚੀਜ਼ ਨੂੰ ਵੀ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਹੋ ਪਾਇਆ ਨਹੀਂ ਤਾਂ ਐਜ਼ ਆਫ ਨਾਓ ਉੱਥੇ ਵੀ ਕੋਈ ਸਿਚੁਏਸ਼ਨ ਅਲਾਰਮਿੰਗ ਨਹੀਂ ਹੈ ਮੈਂ ਸਨੀ ਇਨਕਲੇਅਰ ਦੇ ਵੀ ਰੈਜ਼ੀਡੈਂਟਸ ਨੂੰ ਕਹਿਣਾ ਚਾਹੁੰਦੀ ਕਿ ਪਲੀਜ਼ ਡੋਂਟ ਪੈਨਿਕ ਮੇਰੀ ਟੀਮਸ ਉੱਥੇ ਹੀ ਨੇ ਮੈਂ ਆਪ ਵੀ ਉੱਥੇ ਹੀ ਜਾ ਰਹੀ ਹੈ ਉੱਥੇ ਕੋਈ ਹਲੇ ਪੈਨਿਕ ਦੀ ਲੋੜ ਨਹੀਂ ਹੈ ਅਤੇ ਪ੍ਰਸ਼ਾਸਨ ਹੈਗਾ ਹੈ ਤੁਹਾਡੇ ਨਾਲ ਮੇਰੀ ਸਾਰੀ ਟੀਮਸ ਇੱਥੇ ਦਿਨ ਰਾਤ ਕੰਮ ਕਰ ਰਹੀਆਂ ਨੇ ਸੋ ਵੀ ਵਿਲ ਇਨਸ਼ੋਰ ਕਿ ਤੁਸੀਂ ਸੇਫ ਲੋਕਾਂ ਨੂੰ ਸੁਰੱਖਿਅਤ ਸਥਾਨ ਕਿੱਥੇ ਰੱਖਿਆ ਜਾ ਰਿਹਾ ਜੀ ਇਸ ਟਾਈਮ ਹਾਂਜੀ ਲੋਕਾਂ ਨੂੰ ਕਿੱਥੇ ਰੱਖਿਆ ਜਾ ਰਿਹਾ ਜਿਹੜਾ ਮੈਰਿਜ ਪੈਲੇਸ ਦੇਵੀਗੜ੍ਹ ਰੋਡ ਤੇ ਹੈ ਤੀਨ ਬਾਗ ਉੱਥੇ ਲੋਕਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਪਸ਼ੂ ਹੈ ਉਹ ਜਿਹੜੀ ਸਬਜ਼ੀ ਮੰਡੀ ਹੈ ਉੱਥੇ ਜਾ ਰਹੀ ਹੈ ਥੈਂਕ ਯੂ ਮੈਮ ਥੈਂਕ